ਇਹ ਆਕਾਸ਼ਵਾਣੀ ਜੰਮੂ ਹੈ ਸੰਧਿਆ ਖਬਰੇ ਤੁੰਦਾ ਸਵਾਗਤ ਖਾਸ ਖਾਸ ਖਬਰੇ ਕਰਨਾ ਮੈਂ ਨਿਰਮਲ ਵਿਕਰਮ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਹਾਜੀਨ ਗਰਾਂ ਚ ਹੋਏ ਦੇ ਟਾਕਰੇ ਚ ਸੁਰੱਖਿਆ ਬਲ ਨੇ ਪੰਜ ਆਤੰਕਵਾਦੀਆਂ ਦੀ ਮਾਰੀ ਮੁਕਾਇਆ ਹੈ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋਇਆ ਹੈ ਡੀਜੀਪੀ ਦਿਲਬਾਗ ਸਿੰਘ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਚ ਹਥਿਆਰ ਆਈਡੀ ਤੇ ਨਸ਼ੀਲੇ ਪਦਾਰਥ ਪਜਾਏ ਜਾਣੇ ਦੇ ਪਿੱਛੇ ਪਾਕਿਸਤਾਨ ਚ ਮੌਜੂਦ ਲਸ਼ਕਰ ਤੈਬਾ ਤੇ ਜੈਸ਼ੇ ਮੁਹੰਮਦ ਗੁੱਟੇ ਦਾ ਹੱਥ ਹੈ ਵੋਜਨਸਵ ਦੇਸ਼ੀ ਤਕਨੀਕ ਕਨਨ ਘਟ ਸਮੇਂ ਚ ਤਿਆਰ ਪਹਿਲੇ 12 ਪੁਲਿੰਗੀ ਇੰਜੀਨੀਅਰਿੰਗ ਕੋਰਚ ਸ਼ਾਮਲ ਕਰੇ ਲਤਾ ਹੈ ਤੇ ਸਰਕਾਰ ਨੇ ਪਰਚੂਨ ਤੇ ਥੋਕ ਕਾਰੋਬਾਰ ਦੀ ਭਲੀਆਂ ਲੋਕੇ ਲੋਕੇ ਤੇ ਦਰਮਿਆਨੇ ਦਰਜੇ ਵਾਲੇ ਉਦਮੇ ਦੇ ਧਾਇਰੇਟ ਆਣਨੇ ਦਾ ਫੈਸਲਾ ਕੀਤਾ ਹੈ ਖਬਰਾਂ ਦੀ ਤਫਸੀਲ ਕੋ ਲਾ ਪਹਿਲਾ ਇੱਕ ਸਨੀਆ ਰਾਸ਼ਟ੍ਰ ਨੇ ਠਾਰੇ ਬਰੇ ਕੋਲਾਮਤੀ ਬਰੇ ਸੁਦੇ ਲੋਕਾਂ ਕੀਤਾ 21 ਜੂਨ 2021 ਸਮਾਂ ਸਰਕਾਰੀ ਕੇਂਦਰ ਵਿੱਚ ਮੁਫਤ ਕੋਵਿਡ-19 ਟਿਕਾਕਰਨ ਅਭਿਆਨ ਚਤੇ ਜਿਲੇ ਆਂਦੀ ਹੈ ਅਸੇ ਯੁਵਾ ਸ਼ਰੋਤਾਏਂਗੀ ਸਲਾਹ ਦਿਨੇ ਜੇ ਉਹ ਟੀਕਾ ਲਵਾਇ ਲੈਣ ਸਾਡੇ ਸ਼ਰੋਤਾਏਂਗੇ ਵੀ ਸਲਾਹ ਦਿੱਤੀ ਜਾਂਦੀ ਹੈ ਜੇ ਉਹ ਸੁਰੱਖਿਆ ਉਪਾਏਂ ਚ ਕਮੀ ਨਹੀਂ ਕਰਨ ਕਿ ਜੇ ਕੋਵਿਡ-19 ਦਾ ਸਾਡੀ ਜਿੰਦੂ ਉਪਰ ਖਤਰਾ ਜੇ ਵੀ ਬਣਦਾ ਹੈ ਮਿਹਰਬਾਨੀ ਕਰੀਏ ਜੇ ਘਰ ਬਾਹਰ ਜਾਣਾ ਅਤ ਜ਼ਰੂਰੀ ਨਹੀਂ ਹੋਇਆ ਤਾਂ ਘਰ ਘਰ ਉਹ ਤੇ ਚਾਰ ਸਖਲੇ ਉਪਾਅ ਜਾਰੀ ਰੱਖੋ ਮੂੰਹਾਂ ਪਰ ਮਾਸਕ ਪਾਓ ਸਮਾਜੀ ਚਿੰਡੇ ਕੀਤੇ 2 ਗੈਜ ਦੀ ਦੂਰੀ ਰੱਖੋ ਹੱਥ ਤੇ ਮੂੰਹੇ ਕੀ ਸਾਫ ਸੁਥਰਾ ਰੱਖਣੇ ਪ੍ਰਮੁੱਖ ਧਿਆਨ ਦਿਓ ਤੇ ਕੋਵਿਡ ਥਮਾ ਬਚਾ ਲਾ ਟੀਕਾ ਲਵਾਇ ਲਓ ਕੋਵਿਡ ਮੁਤਲਕ ਕੋ ਕੁਛ ਜਾਣ ਦਾ ਰੀਤੇ ਮਾਰਗਦਰਸ਼ਨ ਕੀਤਾ ਹੈ ਤੁਸੀਂ ਰਾਸ਼ਟਰੀ ਹੈਲਪਲਾਈਨ ਨੰਬਰਾਂ ਉਪਰ ਸੰਪਰਕ ਕਰੀ ਸਕਦੇ ਹੋ ਨੰਬਰ ਨ 011 23978046 ਤੇ 1075 ਤੇ ਉਨ ਖਬਰਾਂ ਵਿਜੇ ਬਜਾਜ ਕੋਲਾ ਕਾਟੀ ਦੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੁਰਾ ਇਲਾਕੇ ਟਾਉਨੀਆਲੇ ਹਾਜਿੰਗਰਾਂਚ ਕੱਲ ਚਿਰੇਨਾਤੀ ਸੁਰੱਖਿਆ ਬਲ ਨੇ ਤੇ ਅਤੰਕਵਾਦੀ ਅੰਮਸ਼ਕਰੋਦੀ ਟਾਕਰੇ ਚ ਲਸ਼ਕਰੇ ਤਾਇਬਾ ਗੁੱਟ ਕਨੇ ਜੁੜੇ ਦੇ 5 ਅਤੰਕਵਾਦੀ ਮਾਰੇ ਗਏਨ ਕਾਰਵਾਈ ਦੇ ਦੌਰਾਨ ਸੈਨਾ ਦਾ ਇੱਕ ਜਵਾਨ ਕਾਸ਼ੀ ਰਾਏ ਬੰਮਨ ਅਲੀ ਸ਼ੀਦੂ ਹੈ ਪੁਲਿਸ ਸੂਤਰੇ ਮੁਤਿਬ ਸੁਰੱਖਿਆ ਬਲਿੰਦੀ ਸਾਂਝੀ ਟੀਮ ਪਾਸੇ ਅਗਰਾਂਚ ਚ ਚਲਾਏਗੇ ਦੇ ਤਪਾਸ਼ੀ ਅਭਿਆਨ ਦੇ ਦੌਰਾਨ ਜਵਾਬੀ ਕਾਰਵਾਈ ਚ ਇਹ ਅਤੰਕਵਾਦੀ ਮਾਰੇਗੇ ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰਨ ਦੇ ਮੁਜਬ ਟਾਕਰੇ ਚ 5 ਬੇਪਛਾਨੂ ਅਤੰਕਵਾਦੀ ਮਾਰੇ ਗਏ ਤੇ ਹੁਣ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਇਲਾਕੇ ਚ ਅਭਿਆਨ ਚੱਲ ਰਿਹਾ ਹੈ ਉਹਨੇ ਗਲਿਆ ਚ ਸੁਰੱਖਿਆ ਬਲ ਨੇ ਬਾਰ-ਬਾਰ ਅਤੰਕਵਾਦੀਆਂ ਕੀ ਆਤਮ ਸਮਰਪਣ ਕਰਨ ਲਈ ਕਾਖਿਆ ਪਰ ਉਹਨੇ ਇੰਨਾਂ ਕਰਨਾ ਨਹੀਂ ਮੰਨਿਆ ਇਤਿਸ਼ਾ ਪਹਿਲੇ ਇੱਕ ਅਧਿਕਾਰੀ ਨੇ ਦੱਸਿਆ ਹਾ ਜੇ ਪੁਲਿਸ ਫੌਜ ਤੇ ਸੀਆਰਪੀਐਫ ਨੇ ਇਲਾਕੇ ਚ ਅਤੰਕਵਾਦੀਆਂ ਦੀ ਮੌਜੂਦਗੀ ਬਾਰੇ ਪੱਕ ਕੀਰਾ ਬੰਦੀ ਤੇ ਤੁਪਾਈਲਾ ਅਭਿਆਨ ਰੰਭ ਕੀਤਾ ਹ ਉਹਨੇ ਇਪੀ ਦੱਸਿਆ ਜ ਜੀਆਂ ਗਏ ਸੁਰੱਖਿਆ ਬਲ ਦੇ ਜਵਾਨ ਸ਼ੂਬੇ ਆਲੀ ਥਾਰਾ ਕਾਸ਼ਪੂਜੇ ਤਾਂ ਉਥੇ ਛੱਪੇ ਦੇ ਅਤੰਕਵਾਦੀਆਂ ਹੁੰਦੇ ਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਹਦਾ ਸੁਰੱਖਿਆ ਬਲੇ ਵੀ ਬੰਕਦਾ ਪਰਤਾ ਦਿੱਤਾ ਤੇ ਟੱਕਰਾ ਪਖੀ ਪਿਆ ਪੁਲਸਾ ਦੇ ਡਾਇਰੈਕਟਰ ਜਨਰਲ ਦਿਲਬਖ ਸਿੰਘ ਉਰਿਆਂਖਿਆ ਜੇ ਜੰਮੂ ਕਸ਼ਮੀਰ ਚ ਥਿਆਰ ਆਈ.ਈ.ਡੀ ਤੇ ਨਸ਼ੀਲੇ ਪਦਾਰਥ ਪਜਾਇਆ ਜਾਣੇ ਦੇ ਪਿੱਛੇ ਪਾਕਿਸਤਾਨ ਚ ਸਥਿਤ ਲਸ਼ਕਰੇ ਤਾਇਬਾ ਤੇ ਜੈਸ਼ੇ ਮੁਹੰਮਦ ਗੁਟੇ ਦਾਤ ਹੈ ਡੀਜੀਪੀ ਉਰਿਆਂ ਜੀ ਬੀ ਆਖਿਆ ਜੀ ਹੁਣ ਸਮਾਏ ਕਿ ਦਾ ਜਿਸ ਲਈ ਅਤੰਕਵਾਦ ਦੀ ਨਕਾਰੀ ਹੈ ਈਸੀ ਸ਼ਿਕਸਤ ਦਿੱਤੀ ਜਾਣੀ ਲੋਟ ਚਦੀ ਹੈ ਤਾਂ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਤਰੱਕੀਵਾਦੀ ਅਲਾ ਦੌਰ ਸ਼ੁਰੂ ਹੋਈ ਸਕੇ ਉਨੀ ਅਖਿਆਜੇ ਪ੍ਰਦੇਸ਼ ਚ ਬਾਕੀ ਬਚੇ ਦੇ ਅਤੰਕਵਾਦੀਆਂ ਦੇ ਸਫਾਇਆ ਹਾਸਤੇ ਅਤੰਕਵਾਦ ਰੋਧੀ ਅਭਿਆਨ ਨੇ ਚ ਤੇਜ਼ੀ ਆndi ਜਾਗ ਇਹਦੇ ਇਲਾਵਾ ਜੰਮੂ ਚ ਭਾਰਤੀ ਵਾਯੂ ਸੇਨਾ ਦੇ ਠਿਕਾਣੇ ਪਰ ਆਲਚੋਏ ਦੇ ਹਮਲੇ ਪ੍ਰੰਤ ਡਰੋਨ ਕਾਰਨ ਬਣੇ ਦੇ ਖਤਰੇ ਦਾ ਮੁਕਾਬਲਾ ਕਰਨ ਦੇ ਵਾਸਤੇ ਸੁਰੱਖਿਆ ਬੰਦੋਬਸਤ ਕੀਓਰ ਨਿਗਰ ਕੀਤਾ ਜਾ ਰhta ਹੈ ਕਠੂਆ ਜ਼ਿਲ੍ਹੇ ਚ ਅੱਜ ਬੁਨਿਆਦੀ ਪਰਤੀ ਸਿਖਲਾਈ ਕੋਰਸ ਬੀਆਰਟੀਸੀ ਦੇ 27ਵੇਂ ਬੈਚ ਦੀ ਪਾਸਿੰਗ ਆਊਟ ਪ੍ਰੇਡ ਦੇ ਪ੍ਰੰਤ ਪੱਤਰਕਾਰਾਂ ਕਨੇ ਗੱਲਬਾਤ ਕਰਦੀ ਹੋਈ ਡੀਜੀਪੀ ਹੋਰ ਇਆਂਖੇ ਜੇ ਜੰਦੇ ਐਤਵਾਰੇ ਬੱਦਲੇ ਮੂਨੇਰੇ ਜੰਮੂ ਵਾਲੇ ਬਾਇਓ ਸੈਨਾ ਸਟੇਸ਼ਨ ਅੰਦਰ ਡਰੋਨ ਕਨੇ ਕੀਤੇ ਗਏ ਤੇ ਦੋਂ ਤਮਾਹ ਕਨੇ ਪਿੱਛੇ ਲਸ਼ਕਰੇ ਤਾਇਬਾ ਦਾ ਹੱਥ ਹੋਣੇ ਦਾ ਸ਼ੱਕ ਹੈ ਡਰੋਨ ਨੇ ਗੀ ਸੁਰੱਖਿਆਾਸਤੇ ਇੱਕ ਵੱਡੀ ਚੁਣੌਤੀ ਖੜਾ ਕਰ ਦਿੰਦੀ ਹੋਈ ਸਿੰਘੂ ਨੇ ਆਖਿਆ ਜੇ ਰਾਸ਼ਟਰ ਵਿਰੋਧੀ ਤੱਤਵੇਂ ਤੇ ਆਤੰਕਵਾਦੀਆਂ ਪਾਸਿਆ ਹਥਿਆਰ ਤੇ ਆਈਈਡੀ ਪੁਜਾਨੇ ਲਈ ਡਰੋਨ ਨੇ ਦਾ ਇਸਤੇਮਾਲ ਕੀਤਾ ਜਾਣਾ ਇੱਕ ਵੱਡਾ ਖਤਰਾ ਹੈ ਤੇ ਇਹਦੇ ਕੰਨੇ ਨਿਭੜਨੇਾਸ ਤੇ ਲੋਟਚ ਦੀ ਗਈ ਪੁੱਟੀਆਂ ਜਾ ਕਰਦੀਆਂ ਡੀਜੀਪੀ ਉਰ ਯਾਂ ਕਿਹਾ ਜੇ ਜੰਮੂ ਕਸ਼ਮੀਰ ਨੇ ਆਤੰਕਵਾਦ ਕਾਰਨ ਕਈ ਮੌਤਾਂ ਤੇ ਬਰਬਾਦੀ ਦੇਖੀ ਦੀ ਹੈ ਉਹਨੇ ਯੁਵਾਇਆਂ ਕੀ ਅਪੀਲ ਕੀਤੀ ਜੇ ਉਹਨ ਸਮਾਏ ਕਿਤੇ ਜਿਸ ਲੈ ਆਤੰਕਵਾਦ ਦੀ ਨਿਕਾਰੀ ਹੈ ਇਸੀ ਸ਼ਿਕਸਤ ਦੇਣੀ ਲੋੜ ਚ ਦਿਖਿਆ ਉਹਨੇ ਆਖਿਆ ਜੇ ਨੌਜਵਾਨ ਨੇ ਗੇਰ ਮਾਨਦਾਰੀ ਤਰੱਕੀ ਤੇ ਖੁਸ਼ਹਾਲੀ ਚ ਬਰੋਬਰ ਦੇ ਪਿਆਲ ਬੰਨਣਾ ਲੋੜ ਚਦਾ ਤੇ ਆਪਣੇ ਆਪ ਹੈਗੀ ਐਸੀ ਗਤੀਵਿਧੀਆਂ ਕੋਲਾ ਬਚਾਣਾ ਵੀ ਲੋੜ ਚਦਾ ਜਿਹੜੀਆਂ ਉਹਦੇ ਆਸਤੇ ਤੇ ਪੂਰੇ ਸਮਾਜ ਆਸਤੇ ਵੀ ਨੁਕਸਾਨ ਦੇ ਹੋ ਸਕਦੀਆਂ ਹਨ ਕਸ਼ਮੀਰ ਕਾ ਟਿਚ ਇਸ ਬਰੇ ਜਨਵਰੀ ਮੀਨਿਤਮਾ ਆਤੰਕਵਾਦ ਰੋਧੀ ਬਾਕ ਬਾਕ ਅਭਿਆਨ ਦੇ ਦਰਨ ਕੁੱਲ 8 ਆਤੰਕਵਾਦੀ ਮਾਰੇ ਗਏ ਨੇ। ਰੱਖਿਆ ਮਹਿਕਮੇ ਦੇ ਪ੍ਰਵਕਤਾ ਦਾ ਅਵਾਲਾ ਦਿੰਦੀ ਹੋਈ ਆਕਾਸ਼ਵਾਣੀ ਜੰਮੂ ਦੇ ਸੰਵਾਦਦਾਤਾ ਨੇ ਦਸੀ ਹੈ ਜੇ ਇਸ ਬਰੇ ਕਸ਼ਮੀਰ ਚ ਆਤੰਕਵਾਦ ਰੋਧੀ ਬਾਕ ਬਾਕ ਅਭਿਆਨ ਦੇ ਦਰਨ ਸੁਰੱਖਿਆ ਬਲ ਨੇ ਕੁੱਲ 8 ਆਤੰਕਵਾਦੀਆਂ ਦਾ ਸਫਾਇਆ ਕੀਤਾ ਤੇ ਇੰਦੇ ਚ ਕਾਟੀ ਦੇ ਕੁੱਲਗਾਮ ਜ਼ਿਲ੍ਹੇ ਦੇ ਚਿਮਮਰ ਇਲਾਕੇ ਚ ਆਲ ਚ ਟੱਕਰੇ ਦਰਨ ਮਾਰੇ ਗਏ ਤੇ 3 ਆਤੰਕਵਾਦੀ ਵੀ ਸ਼ਾਮਲ ਨੇ। ਬੁਨਿਆਦੀ ਪਰਿਖਿਖਲਾਈ ਕੋਰਸ ਦੇਸ ਤਾਈਮੇ ਬੈਚ ਦੀ ਪਾਸਿੰਗ ਆਊਟ ਪ੍ਰੇਡ ਅੱਜ ਕਟੂਆ ਵਾਲੇ ਐਸ ਪ੍ਰਤਿਨੰਦਨ ਸਿੰਘ ਪੁਲਿਸ ਟ੍ਰੇਨਿੰਗ ਸਕੂਲ ਚ ਹੋਈ ਜਿਸ ਤਰ੍ਹਾਂ ਦੋਂ ਡੀਐਸਪੀ ਪ੍ਰੋਬੈਸਟਰ 28 ਸਬ ਇੰਸਪੈਕਟਰ ਤੇ 59 ਸਖੇਤਰੂ ਕਨਸਟੇਬਲ ਨੇ ਆਪਣੀ ਸਿਖਲਾਈ ਪੂਰੀ ਕੀਤੀ ਸਾਰੇ ਜ਼ਿਲ੍ਹਾ ਸੰਬੱਧ ਦਾਤਾ ਮੁਜਬ ਪੁਲਸ ਦੇ ਡਾਇਰੈਕਟਰ ਜਨਰਲ ਦਿਲਬਖ ਸਿੰਘ ਹੋ ਇਸ ਕਾਰਜਕ੍ਰਮ ਦੇ ਮੁੱਖ ਪ੍ਰਾਣੇ ਹੀ ਉਹਨੇ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਵੀ ਲੈਤੀ ਜਵਾਨਾਂ ਨੂੰ ਗੀ ਸੰਬੋਧਿਤ ਕਰਦੀ ਹੋਈ ਡੀਜੀਪੀ ਦਿਲਬਖ ਸਿੰਘ ਹੋਰੇ ਪਾਸ ਆਊਟ ਹੋਏ ਦੇ ਜਵਾਨਾਂ ਤੇ ਅਧਿਕਾਰੀਆਂ ਗੀ ਆਪਣੀ ਸਿਖਲਾਈ ਪੂਰੀ ਕਰੀ ਹੈ ਪੁਲਸ ਬਲ ਦਾ ਹਿੱਸਾ ਬਨਣੇ ਪਰ ਮੁਬਾਰਕਬਾਦ ਦਿੱਤੀ ਇਸ ਮੌਕੇ ਉਹਨੇ ਅਤੰਕਵਾਦ ਖਿਲਾਫ ਲੜਾਈ ਚ ਸਰਵੋੱਚ ਬਲੀਦਾਨ ਦੇਣ ਵਾਲੇ ਪੁਲਸ ਕਰਮੀਆਂ ਗੀ ਸ਼ਰਧਾਂਜਲੀ ਵੀ ਦਿੱਤੀ ਉਹਨੇ ਆਖਿਆ ਸਰਬਾਨੰਤ ਕਰਮਜੰਤੇ ਕਲਕੁਤ ਦੇ ਪਰਵਾਰ ਜੋ ਪੁਲਸ ਸਹਾਇਤਾ ਕਰਦਾ ਵੀ ਜ਼ਰੂਰੀ ਸੰਕਲਪ ਹੈ वो सहायता की जा रही है इसी तरीके से यूएसपीओ एस और बाकी लोग जो अपनी दूर को अंजाम देते हुए जख्मी हुए उनको सहायता देने के लिए भी हमने दो करोड़ रुपए की राशि दे में संक्षण की खासतौर पर जो कोविड से लोग प्रभावित हुए उनकी मदद करने के लिए भी हमने वेल्फेयर फंड के उनको पैसा दिया ਰਾਮਬੰਦ ਜ਼ਿਲ੍ਹੇ 'ਚ ਉਹ ਇਹਦੇ ਇੱਕ ਦਰਦਨਾਕ ਸੜਕਾ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜਨੇ ਜ਼ਖਮੀ ਵੀ ਹੋਏ ਕਹਿੰਨਾ ਇਹ ਆਦ ਸਾ ਉਸਲੇ ਪੇਸ਼ ਆਇਆ ਜਿਸਲੇ ਰਾਮਬੰਦ ਥਮਾ ਨੀਲ ਰਾਮਸੂ ਜਾ ਕਰਦੀ ਇੱਕ ਗੱਡੀ ਆਦ ਸੰਿਆ ਡਿਗਡੋਲ ਥਾਰ ਆਰਮੀ ਕੈਂਪ ਮੋੜ ਦੇ ਨੇੜੇ ਸੜਕਾ 'ਤੇ ਮਰਲ ਕੀਏ 8 ਡੂੰਗੀ ਖੱਡਾ ਚ ਜਾਈ ਪਈ ਮਰਨੇ ਵਾਲਿਆਂ ਦੀ ਅਜੇ شناخت ਕੀਤੀ ਜਾ ਰਹੀ ਹੈ ਮੁੱਖ ਸਕੱਤਰ ਡਾਕਟਰ ਅਰੁਣ ਕੁਮਾਰ ਮਿਆਤੌਰ ਨੇ ਖਜ਼ਾਨਾ ਤੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਮੁਹੰਮਦ ਰਫੀਕ ਉਂਦੀ ਬੀਟਾਮੀ ਦੀ ਮੌਤੀ ਪਰ ਦੁੱਖ ਜਤਾਇਆ ਸੋਗੀ ਪਰਵਾਰਕੰਨੇ ਅੰਦਰ ਦੀ ਚਤੰਦੀ ਹੋਈ ਮੁੱਖ ਸਕੱਤਰ ਹੋਰੇਨ ਦਿਵੰਗਤ ਆਤਮਾ ਦੀ ਸ਼ਾਂਤੀ ਤੇ ਪਰਵਾਰਾਗੇ ਇਹ ਦੁੱਖ ਜਰਨੇ ਦੀ ਤਾਕਤ ਦੇਣੇ ਦੀ ਪ੍ਰਾਰਥਨਾ ਕੀਤੀ ਮੁੱਖ ਸਕੱਤਰ ਨੇ ਆਖਿਆ ਜੇ ਮੁਹੰਮਦ ਰਫੀਕ ਹੋਰੀ ਇੱਕ ਕਾਬਿਲ ਅਫਸਰ ਹੈ ਜਿਨੇ ਖਜ਼ਾਨਾ ਤੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੇ ਔਰਨੇ ਵੀ ਬਾਕਬਾਕਾ ਉਦੈ ਪਰ ਰੁੰਦੀ ਹੋਈ ਪੂਰੀ ਨਿਸ਼ਠਾ ਤੇ ਸਮਰਪਣ ਭਾਵਨਾ ਕਰਨੇ ਕੰਮ ਕੀਤਾ ਉਨ ਦਾ ਚ ਬੱਡ ਰਾਈ ਬਾਈ ਸਹਿਕਾਰੀਤਾ ਤੇ ਕਿਸਾਨੇ ਦੇ ਕਲਿਆਣ ਸਰਬੰਧੀ ਕੇਂਦਰੀ ਮੰਤਰਾਲੇ ਦੇ ਅਤਿਰਿਕਤ ਸਚਿਵ ਵਿਵੇਕ ਅਗਰਵਾਲ ਹੋਰੇ ਅੱਜ ਜ਼ਾਬੂਰਾ ਸ਼ਟਨਗਰ ਵਾਲੇ ਉਤਕ੍ਰਿਸ਼ਟਤਾ ਕੇਂਦਰ ਦਾ ਦੌਰਾ ਲਾਈਏ ਉਹਦੇ ਕੰਮਕਾਜ ਦਾ ਜਾਇਜ਼ਾ ਲੈਤਾ ਧਿਆਨ ਜੋਗ ਹੈ ਜੇ ਇਸ ਕੇਂਦਰ ਦੀ ਸਥਾਪਨਾ ਨਵੀਆਂ ਤਕਨੀਕਾਂ ਦੀ ਅਪਣਾਉਂਦੀ ਹੋਈ ਕਾਟੀ ਦੀ ਜਲਵਾਯੂ ਸਾਬ ਹੈ ਉਹਨੇ ਵਾਲੇ ਫਲੇ ਦੀ ਪੈਦਾਵਾਰ ਤੇ ਗੁਣਵੱਤਾ ਵਧਾਣੇ ਦੇ ਮਕਸਦ ਕਰਨੇ ਕੀਤੀ ਗਈ ਹੀ अतिरिक्त सचिव ਨੇ ਕੇਂਦਰ ਚ ਉਪਲਬਧ ਸੁਵਿਧਾਆਂ ਦਾ ਨਿਰਿਖਣ ਕੀਤਾ ਤੇ ਘਾਟੀ ਚ ਬਾਗਵਾਨੀ ਸੈਕਟਰ ਗਿਚ ਚੁਸਤ ਦਰਸਤ ਬਣਾਣੀ ਦੀ ਦਿਸ਼ਾ ਚ ਉੱਥੇ ਕੀਤੀ ਚਾਰਦੀ ਗਤੀਵਿਧੀਆਂ ਤੇ ਅਸਲ ਉਪਲਬਧੀਆਂ ਪਰ ਸੰਦੋਖ ਬਿਚਤਾਇਆ ਉਹਨੇ ਯਕੀਨ ਦੁਆਇਆ ਜੇ ਭਾਰਤ ਸਰਕਾਰ ਦੀ ਤਰਫਾ ਕੇਂਦਰ ਸ਼ਾਸਿਤ ਪ੍ਰਦੇਸ਼ ਚ ਨਿੱਜੀ ਸੈਕਟਰ ਚ ਐਸੇ ਗਏ ਹੋਰ ਕੇਂਦਰ ਸਥਾਪਿਤ ਕਰਨੇ ਆਸਤੇ ਅਰ ਮਮਕਨ ਬਤਾ ਦੁਪਲਬਧ ਕਰਵਾਈ ਜਾਗ ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂ-ਕਸ਼ਮੀਰ ਦੇਓ ਤੇ ਉਹਨਾਂ ਬਾਕੀ ਦੀਆਂ ਖਬਰਾਂ ਕਰਨੇ ਨਿਰਮਲ ਵਿਕ੍ਰਮ ਫੋਰਚਨ ਹੈ ਸਵਦੇਸ਼ੀ ਤਕਨੀਕ ਨਾਲ ਘਟ ਸਮੇਂ ਤਿਆਰ ਪਹਿਲੇ ਬਾਰੇ ਪੁਲੰਗੀ ਇੰਜੀਨੀਅਰਿੰਗ ਕੋਰ ਚ ਸ਼ਾਮਿਲ ਕਰ ਲਿਆ ਤਾ ਦੁਰਗਮ ਇਲਾਕੇ ਚ ਤੁਰਤ ਇਸਤੇਮਾਲ ਚ ਆਨੇ ਜਾਣੇ ਵਾਲੇ ਇਹਨੇ ਪੁਲੇ ਦਾ ਡਿਜ਼ਾਈਨ ਰਕਸ਼ਾ ਅਨੁਸੰਧਾਨ ਤੇ ਵਿਕਾਸ ਸੰਗਠਨ ਡੀਆਰਡੀਓ ਨੇ ਤਿਆਰ ਕੀਤਾ ਜਿਸ ਲਈ ਕਿ ਲਾਰਸਨ ਐਂਡ ਟਰਬੋ ਕੰਪਨੀ ਨੇ ਇਹਨੇ ਕੀ ਬਣਾਇਆ ਸੈਨਾ ਪ੍ਰਮੁਖ ਜਨਰਲ ਐਮਐਮ ਨਰਵਨਿਓਰੇ ਇਸ ਮੌਕੇ ਪਰ ਆਖਿਆ ਜੇ ਇਹ ਪੁਲ ਆਤਮ ਨਿਰਭਰਤਾ ਦੀ ਦਿਸ਼ਾ ਚ ਇੱਕ ਹੋਰ ਵੱਡਾ ਕਦਮ ਹੈ ਇਹ ਮੁਲਖ ਦੀ ਫੌਜੀ ਸਮਰਥਿਗੀ ਹੋਰ ਬਦੰਗਨ ਇਹ ਪੁਲ ਇਹ ਕਰਨਾ ਹੈ ਖਾਸ ਤੌਰ ਉਪਰ ਪਛਮੀ ਬੰਨੇਕੋਲ ਫੌਜੀ ਅਭਿਆਨ ਨੇ ਜਬੜੀ ਮਤੀ ਮਦਦ toeg DRDO ਦੇ ਅਧਿਐਕਸ਼ ਡਾਕਟਰ ਜੀ ਸਤੀਸ਼ ਰੇਡੀਓ ਨੇ ਆਖਿਆ ਜੇ ਕੋਲਾਰਚ ਇਹਨੇ ਪੁਲਾਂ ਦਾ ਪਰਿਕਸ਼ਨ ਕੀਤਾ ਜਾ ਰਿਹਾ ਹੈ ਤੇ ਕਈ ਨਿਜੀ ਕੰਪਨੀਆਂ ਵੀ ਨਵੇਂ ਪੁਲ ਬਣਾਉਣੇ ਚ ਦਿਲਚਸਪੀ ਦੱਸੀ ਹੈ ਡਾਕਟਰ ਰੇਡੀਓ ਨੇ ਵੀ ਆਖਿਆ ਜੇ 1 ਆਉਂਦੇ ਅਗਸਤ ਮਹੀਨੇ ਤੱਕ ਹੀ ਰਾ ਟੋੜੀ ਐਲ ਐਨਟੀ ਕੰਪਨੀ ਤਕਰੀਬਨ 3 ਪੁਲ ਤਿਆਰ ਕਰੀ ਦੇਗ ਸਰਕਾਰ ਨੇ ਪਰਚੂਨ ਤੇ ਥੋਕ ਵਪਾਰ ਕਾਰੋਬਾਰ ਦੀ ਉਤਲੋਕੇ ਲੋਕੇ ਲੋਕੇ ਤੇ ਦਰਮਿਆਨੇ ਦਰਜੇ ਦੇ ਉਦਯੋਗਾਂ ਦੇ ਦਾਇਰੇ ਚ ਆਣਨੇ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਪਰਚੂਨ ਤੇ ਥੋਕ ਵਪਾਰਗੀ ਐਮ ਐਸ ਐਮਈ ਦੇ ਤੌਰ ਉਪਰ ਲੈਤੇ ਜਾਣੇ ਲਈ ਸੰਸ਼ੋਧਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਤੇ ਉਹਨੇ ਕੀ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲ ਦੇ ਆਧਾਰ ਉਪਰ ਫਾਇਦੇ ਦੇਣੇ ਲਈ ਆਖਿਆ ਹੈ ਕਈ ਟਵੀਟਸ ਨੇ ਚ ਐਮ ਐਸ ਐਮਈ ਮੰਤਰੀ ਨੀਤਨ ਗਟਕੜੀ ਨੇ ਆਖਿਆ ਅਜੇ ਇਸ ਫੈਸਲੇ ਖਨਾ 2.5 ਕਰੋੜ ਪਰਚੂਨ ਤੇ ਥੋਕ ਵਪਾਰੀਆਂ ਦੀ ਲਾਭ ਪੁੱਜਗ ਉਹਨੇ ਆਖਿਆ ਜੇ ਸਰਕਾਰ ਐਮਐਸਐਮਈ ਖੇਤਰ ਦੀ ਸਸ਼ਕਤ ਬਣਾਈ ਹੈ ਇਸੇ ਬਤੌਰ ਇੰਜਨ ਇਸਤੇਮਾਲ ਕਰਦੀ ਹੋਈ ਆਰਥਿਕ ਤਰੱਕੀ ਆਸਤੇ ਬਚਨਬੱਧ ਹੈ ਨਵੇਂ ਸੰਸ਼ੋਧਿਤ ਦਿਸ਼ਾ ਨਿਰਦੇਸ਼ਾਂ ਕਰਨਾ ਪਰ ਚੋਣ ਤੇ ਥੋਕ ਵਪਾਰੀਆਂ ਦੀ ਉਹਨ ਅਧਿਅਮ ਰਜਿਸਟ੍ਰੇਸ਼ਨ ਪੋਰਟਲ ਚ ਦਰਜ ਕਰਾਇਆ ਜਾ ਸਕਦਾ ਹੈ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਬਿਲੁਕਤ ਉੱਾਰਤੀ ਪਰਜਾਤੀਆਂ ਦੇ ਸੰਕ੍ਰક્ષਣ ਲਈ ਬੰਨ ਨੇ ਜੀਵਨ ਦੇ ਅਧਿਅਨ ਦੇ ਮਹੱਤਵ ਤੇ ਜਨੋਰੇ ਤਮਾ ਮਾਨੂ ਵਿੱਚ ਫੈਲਨੇ ਵਾਲੀਆਂ ਬਿਮਾਰੀਆਂ ਦੀ ਬੇਤਰ ਢੰਗਾ ਸਿਰ ਸਮਝਣੇ ਪਰ ਜ਼ੋਰ ਦਿੱਤਾ ਹੈ ਹైదరాబాద్ ਚ ਸੀਐਸਆਈਆਰ ਸੈਂਟਰ ਫਾਰ ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ ਸੀਸੀਐਮਬੀ ਦੇ ਲੁਕਤ ਉੰਦੀ ਪਰਜਾਤੀਆਂ ਦੇ ਸੰਕ੍ਰક્ષਣ ਸੰਬੰਧ ਦੇ ਲੈਬਾਰਟਰੀ ਲੋਕੋਨੈਸ ਚ ਵਿਗਿਆਨਕਾਂ ਨਾਲ ਗੱਲਬਾਤ ਕਰਦੇ ਹੋਏ ਉਪ ਰਾਸ਼ਟਰਪਤੀ ਹੋਰ ਆਖਿਆ ਜੇ ਲੋਕੋਨੈਸ ਸੀਸੀਐਮਬੀ ਤੇ ਚੜੀਆਕਰ ਨੇ ਖੋਦ ਵਾਲੇ ادارے Nghi ਕਿਤੇ ਰਲੀਏ ਕੰਮ ਕਰਨਾ ਹੋਗ ਤਾਂ ਜੇ ਮੁਲਕ ਪਰ ਅਚੇ ਸਥਿਤ ਚਿੜੀਆ ਕਰ ਬੰਨ ਜੀਵਨ ਚੋ ਨਿਆਲੀ ਬਿਮਾਰੀਆਂ ਦੇ ਖੋਦ ਕੀਤਾ ਬਖ ਬਖ ਕਿਸਮਤੀਆਂ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰੀ ਸਕਣ ਇਹ ਦੇਸ਼ ਪਹਿਲੇ ਉਹਨੇ ਲੂਪਤੁੰਦੀ ਪਰਜਾਤੀਆਂ ਦੇ ਸੰਰਖਣ ਸਰਬੰਦੀ ਲੈਬੋਰਾਟਰੀ ਲੋਕਨਸਥਾ ਦੋਰਾ ਲਈਆ ਉਥੇ ਉਪਲਬਧ ਮੁੱਖ ਸੁਵਿਧਾਏ ਬਾਰੇ ਜਾਣਕਾਰੀ ਅਸਲ ਕੀਤੀ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੇਡਿਓ ਨੇ ਅੱਜ ਸ਼੍ਰੀ ਮਾਤਾ ਵਿਸ਼ਨੂ ਜੀ ਦੀ ਦੇਵੀ ਜੀ ਦੀ ਪਵਿੱਤਰ ਗੁਫਾ ਚ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ। ਸਥਾਪਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਹੋਰੇ ਰਾਜ ਮੰਤਰੀ ਨੂੰ ਦਾਕਟਰਾ ਪੂਜਨੇ ਪਰ ਸਵਾਗਤ ਕੀਤਾ। ਰਮੇਸ਼ ਕੁਮਾਰ ਹੋਰੇ ਸਥਾਪਨ ਬੋਰਡ ਆਸਿਆ ਬਖ ਬਖ ਬੁਨਿਆਦੀ ਢਾਂਚੇ ਦੇ ਵਿਕਾਸਾਸਤੇ ਚੁੱਕੀ ਜਾ ਰਹੀ ਗਈ ਤੇ ਆਉਣ ਵਾਲੇ ਸ਼ਰਧਾ ਲੂਏਗੀ ਦਿੱਤੀ ਜਾ ਰਹੀ ਸੁਵਿਧਾਏ ਬਾਰੇ ਜਾਣਕਾਰੀ ਦਿੱਤੀ। ਸ਼੍ਰੀਮਤਾ ਵੈਸ਼ਨੂ ਦੇਵੀ ਸਥਾਪਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਹੋ ਰਹੇ ਪੈਰੋਂ ਕਾਟੀ ਪਵਨ ਉੱਪਰ ਯਾਤਰੂਆਂ ਲਈ ਰੋਪਵੇ ਸੀ ਆਰ ਦਬੜੀ ਭਵਨ ਉੱਪਰ ਮਟੀਰੀਅਲ ਰੋਪਵੇ ਤੇ ਭਵਨ ਚ ਮਰੰਮਤ ਤੇ ਸੁਧਾਰ ਵਗੈਰਾ ਵਾਲੇ ਕੰਮੇ ਦੇ ਇਲਾਵਾ ਉੱਚ ਤਕਨੀਕਾ ਲਈ ਬਹੁ ਉਦੇਸ਼ੀ ਵੀਡੀਓ ਵਾਲਸ ਲਾਣੇ ਬਹੁ ਉਦੇਸ਼ੀ ਆਡੀਓ ਸਿਸਟਮ ਤੇ ਜ਼ਮੀਨਾਂ ਦੇ ਅੰਦਰ ਕੇਬਲਿੰਗ ਵਾਲੇ ਪ੍ਰੋਜੈਕਟ ਨੇ ਦੇ ਕੰਮਕਾਜ ਦੇ ਬਖ ਬਖ ਪਹਿਲੂਆਂ ਦਾ ਜਾਇਜ਼ਾ ਲੈਂਦਾ ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਗਏ